माता गुजर कोर छोटे साहिबजादे व 40 मुक्तियों की याद को समर्पित श्रद्धालुओं के भोग से रखे जाने वाले श्री अखंड साहिब के बापत विशाल नगर कीर्तन, श्री गुरु ग्रंथ साहिब जी की छतर छाया व पान सिंह साहिबान की नेतृत्व तले गुरुद्वारा नानकसर समराला चौक लुधियाना से आरंभ होकर गुरुद्वारा साहिब बाबा फतेह सिंह इंदिरापुरी ताजपुर रोड लुधियाना तक बैंड बाजों के साथ पहुंचा। इस नगर कीर्तन में भारी संख्या में श्रद्धालुओं ने अपनी हाजिरी लगाई। ये नगर कीर्तन 22 फरवरी से 26 फरवरी तक 26 श्री अखंड साहिब पाठ के आरंभ होने के उपलक्ष्य में निकाला गया। ਇਹ ਸਮਾਗਮ ਗੁਰਦੁਆਰਾ ਸਾਹਿਬ ਜਦੋਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇੰਦਰਾਪੁਰੀ ਤਾਜਪੁਰ ਰੋਡ ਲੁਧਿਆਣਾ ਵਿਖੇ ਜੋ ਪਿਛਲੇ 40 ਦਿਨਾਂ ਤੋਂ ਲਗਾਤਾਰ ਚੱਲੇ ਆ ਰਿਹਾ ਸਨ ਮਾਘ ਦੇ ਮਹੀਨੇ ਦੇ ਅਤੇ ਇਹ ਮਾਤਾ ਗੁਜਰ ਕੋਲ ਛੋਟੇ ਸਾਹਿਬਜ਼ਾਦੇ ਅਤੇ ਸ਼੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਇਹ ਸਮਾਗਮ ਜੋ ਹਰੇਕ ਸਾਲ ਕਰਵਾਏ ਜਾਂਦੇ ਹਨ ਉਹਨਾਂ ਦੇ ਤਹਿਤ ਅੱਜ ਗੁਰਦੁਆਰਾ ਨਾਨਕ ਸਾਹਿਬ ਤੋਂ ਇਹ ਨਗਰ ਕੀਰਤਨ ਮਹਾਰਾਜ ਦੇ ਸਰੂਪ ਲੈ ਕੇ ਗੁਰਦੁਆਰਾ ਸਾਹਿਬ ਪੁੱਜੇਗਾ ਜਿਸ ਤੋਂ ਬਾਅਦ 26 ਤਰੀਕ ਤੱਕ 26 ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਹੋਏਗੀ ਜਿਨ੍ਹਾਂ ਦੇ ਭੋਗ ਉਪਰੰਤ ਬਾਬਾ ਜਸਵੰਤ ਸਿੰਘ ਜੀ ਨਾਨਕਸਰ ਵਾਲੇ ਭਾਈ ਜਸਵਿੰਦਰ ਸਿੰਘ ਜੀ ਜਗਾਦਰੀ ਵਾਲੇ ਅਤੇ ਹੋਰ ਢਾਡੀ ਜੱਥੇ ਪੰਜ ਪ੍ਰਸਿੱਧ ਢਾਡੀ ਜੱਥੇ ਕੀਰਤਨ ਦੀ ਹਾਜ਼ਰੀ ਭਰਨਗੇ। ਜਿਸ ਤਰ੍ਹਾਂ 40 ਦਿਨਾਂ ਤੋਂ ਲਗਾਤਾਰ ਚੱਲ ਰਹੇ ਸਮਾਗਮਾਂ ਵਿੱਚ ਸੰਗਤ ਵੱਧ ਤੋਂ ਵੱਧ ਹੁੰਮ ਭਾ ਕੇ ਆਪਣੀ ਹਾਜ਼ਰੀ ਲਵਾ ਰਹੀ ਹੈ, ਇਸੇ ਤਰ੍ਹਾਂ ਹੀ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਇਸੇ ਚੱਲ ਰਹੇ ਲਗਾਤਾਰ 6 ਦਿਨਾਂ ਦੇ ਸਮਾਗਮਾਂ ਵਿੱਚ ਆਪਣੀ ਇਸ ਤਰ੍ਹਾਂ ਹਾਜ਼ਰੀ ਭਰ ਕੇ ਦਿਨ ਰਾਤ ਗੁਰੂ ਘਰ ਦਾ ਲਾਹਾ ਲੈਣ ਅਤੇ ਕੀਰਤਨ ਵਿੱਚ ਆਪਣੀ ਹਾਜ਼ਰੀ ਭਰਨ। ਅੱਜ ਸ਼੍ਰੀਮਾਨ ਸੰਤ ਬਾਬਾ ਜਸਵੰਤ ਸਿੰਘ ਜੀ ਨਾਨਕਸਰ ਵਾਲਿਆਂ ਦੀ ਪ੍ਰੇਰਣਾ ਦੇ ਨਾਲ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇੰਦਰਾਪੁਰੀ ਤਾਜਪੁਰ ਵਿਖੇ ਇਹ ਜਿਹੜੇ ਸਮਾਗਮ ਹਰ ਸਾਲ ਕਰਵਾਏ ਜਾਂਦੇ ਨੇ 26 ਸ਼੍ਰੀ ਅਖੰਡ ਪਾਠ ਸਾਹਿਬ ਰੱਖੇ ਜਾਣੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਅਸਵਾਰੀ ਸਾਹਿਬ ਲੈ ਕੇ ਜਾ ਰਹੇ ਹਾਂ ਗੁਰਦੁਆਰਾ ਨਾਨਕਸਰ ਸਾਹਿਬ ਤੋਂ ਗੁਰਦੁਆਰਾ ਸਾਹਿਬ ਵਿਖੇ ਜਿੱਥੇ 26 ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣੇ ਨੇ ਅਤੇ 20 ਤਰੀਕ ਨੂੰ ਭੋਗ ਪਾਈ ਜਾਣੇ। ਬੜੇ ਵੱਡੇ ਕੀਰਤਨ ਸਮਾਗਮ, ਮਹਾਨ ਗੁਰਮਤਿ ਸਮਾਗਮ ਸੱਜਣੇ ਨੇ ਜਿਨ੍ਹਾਂ ਵਿੱਚ ਸੰਤ ਮਹਾਂਪੁਰਸ਼ ਗੁਣੀ ਗਿਆਨੀ ਰਾਗੀ ਢਾਡੀ ਜੱਥੇ ਪਹੁੰਚ ਕੇ ਸੰਗਤਾਂ ਨੂੰ ਗੁਰੂ ਸ਼ਬਦ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਨਾਲ ਸੰਗਤਾਂ ਨੂੰ ਜੋੜਨਗੇ ਅਤੇ ਉੱਥੇ ਨਾਲ ਦੀ ਨਾਲ ਇਲਾਕੇ ਦੀਆਂ ਸੰਗਤਾਂ ਉਹਨੂੰ ਮਾ ਕੇ ਪਹੁੰਚਣ, ਗੁਰੂ ਕੇ ਲੰਗਰ ਵੀ ਚਲਾਏ ਜਾਣੇ ਨੇ। ਸਾਰੀ ਸੰਗਤ ਜਿਹੜੀ ਆ ਉਹ ਹੁੰਮਾ ਕੇ ਪਹੁੰਚ ਕੇ ਜੋ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਅਤੇ ਨਨਕਾਣਾ ਸਾਹਿਬ ਦੇ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਹੀ ਸਮਾਗਮ ਜਿਹੜੇ ਨੇ ਉਹ ਕਰਵਾਏ ਜਾਣੇ ਨੇ। ਇਸ ਅਵਸਰ ਪਰ ਪ੍ਰਸਿੱਧ ਰਾਗੀ ਜੱਥੇ ਗੁਰਬਾਣੀ ਸੇ ਸੰਤੋਂ ਕੋ ਨਿਹਾਲ ਕਰੇਂਗੇ। ਇਸ ਅਵਸਰ ਪਰ ਸੇਵਾਦਾਰ ਜਗਦੀਪ ਸਿੰਘ ਦੀਪੀ, ਸੇਵਾ ਸਿੰਘ ਚੀਮਾ, ਰਣਦੀਪ ਸਿੰਘ ਲਾਡੀ, ਪਰਮਜੀਤ ਸਿੰਘ ਓਬਰਾਏ ਵੇ ਬਲਜੀਤ ਸਿੰਘ ਮਿੰਟੂ ਵੀ ਉਪਸਥਿਤ ਰਹੇ। ਯੂਜੀ ਨਿਊਜ਼ ਕੇ ਲੀਏ ਲੁਧਿਆਣਾ ਸੇ SS ਭੱਟੀ ਕੀ ਰਿਪੋਰਟ।